ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ, ਕੀ ਹਾਲ ਚਾਲ? ਠੀਕ ਠਾਕ ਹੋ? ਅੱਜ ਸ਼ੀਲਾ ਕਰਕੇ ਆ ਆਪਣੇ ਨਾਲ ਮੈਚਿੰਗ, ਤੇ ਚੱਲੇ ਆ ਲੋਡ ਕਰਨ ਗੱਡੀ। ਗਰਮੀ ਬਹੁਤ ਜ਼ਿਆਦਾ ਹੋ ਰਹੀ ਆ, ਤੇ ਬਾਕੀ ਸਾਨੂੰ ਪਤਾ ਹੀ ਆ ਪੰਜਾਬ ਦਾ ਮਾਹੌਲ ਇਸ ਟਾਈਮ ਕੀ ਚੱਲਦਾ ਪਿਆ, ਕਿਸੇ ਨੂੰ ਦੱਸਣ ਦੀ ਲੋੜ ਨਹੀਂ ਕਿ ਨਹੀਂ ਸ਼ੀਲਾ। ਚੱਲਦੇ ਆ, ਮਿਲਦੇ ਆ, ਚੱਲ ਕੇ ਤੁਹਾਨੂੰ ਫੈਕਟਰੀ 'ਚ ਸੀਮੈਂਟ ਭਰਨਾ, ਪਰ ਭਰਨਾ ਠੰਡੇ ਇਲਾਕੇ ਦਾ ਹੀ ਆ। ਗਰਮੀ ਬਹੁਤ ਜ਼ਿਆਦਾ, ਪਸੀਨਾ ਪਸੀਨਾ ਹੋਏ ਪਏ ਹਾਂ, ਅਸੀਂ ਤਾਂ ਨਹਾ ਕੇ ਵੀ ਨਹੀਂ ਆਏ। ਨਹਾਉਣਾ ਸੀ ਯਾਰ, ਫਿਰ ਉਹ ਫੋਨ ਹੀ ਆਈ ਜਾ ਰਹੀ ਉਹਨਾਂ ਦੇ, ਮੈਂ ਚੱਲ ਪਹਿਲੇ ਗੱਡੀ ਭਰ ਲਿਆਉਂਦੇ ਹਾਂ ਫਿਰ ਨਹਾਉਂਦੇ ਹਾਂ, ਇੱਧਰ ਹੀ ਆਵਾਂਗੇ ਕੱਪੜੇ ਕੁੱਪੜੇ। ਲਓ ਜੀ, ਨਵੀਆਂ ਗੱਡੀਆਂ ਆ ਗਈਆਂ ਕੰਪਨੀ 'ਚ, 54-43 ਅਤੇ 96-43। ਕੋਠੀ ਆ ਜਿੱਥੇ ਖੜੀਆਂ ਨੇ ਗੱਡੀਆਂ, ਤੇ ਅਸੀਂ ਜਾਣਾ ਸੀਮਿੰਟ ਭਰਨ। ਵੈਸੇ ਤੇ ਇੱਧਰੋਂ ਵੀ ਚਲਾ ਜਾਂਦਾ ਰਸਤਾ, ਤੇ ਅਸੀਂ ਇੱਧਰੋਂ ਜਾਵਾਂਗੇ ਸਿੱਧਾ ਟੋਲ ਟੈਕਸ ਦੇ ਲਾਗੇ ਨਿਕਲ ਜਾਵਾਂਗੇ ਜਾ ਕੇ। ਮਿੱਤਰੋ, ਬੰਦੇ ਸਾਡੇ ਦੀ ਗੱਡੀ ਲੋਡ ਨਹੀਂ ਹੋਈ ਅਤੇ ਇਹਨੂੰ ਲੈਣ ਆ ਗਏ ਸੀਗੇ, ਇਹ ਗੱਡੀ ਜਾ ਰਹੀ ਆ ਅੱਗੇ ਅੱਗੇ, ਬੰਦੇ ਨੇ ਇਹਦਾ ਸੰਧੂ ਗੋਤ ਤੋਂ ਚੇਂਜ ਕਰਾ ਕੇ ਢਿੱਲੋਂ ਲਿਖਾ ਲਿਆ, ਇਹਦਾ ਨਾਮ ਥੱਲੇ ਵਾਲਾ ਉਹੀ ਲਿਖਿਆ ਬਸ, ਉਹਨੂੰ ਇਹ ਤੋਂ ਹਿਸਾਬ ਕਿਤਾਬ ਲੈਂਦੇ ਹਾਂ ਹੁਣ, ਅਤੇ ਘੇਰੀਏ ਇਹਨੂੰ ਫਟਾਫਟ, ਅਤੇ ਨਾਲ ਪੀ ਕੇ ਆਉਂਦੇ ਹਾਂ ਆਪਾਂ ਜੂਸ। ਜੂਸ ਪੀਣਾ? ਅਸੀਂ ਵੀ ਪੀਣਾ, ਹੁਣ ਤਾਂ ਪੀਣਾ ਬਣਦਾ ਵੀਰੇ ਜੂਸ, ਬਹੁਤ ਗਰਮੀ 'ਚ ਆਪਾਂ ਨਾਲੇ ਕਮਾਏ ਹਾਂ 2700 ਰੁਪਈਆ। ਚਲੋ ਜੂਸ ਪੀ ਕੇ ਆਉਂਦੇ, ਫਿਰ ਮਿਲਦੇ ਹਾਂ ਤੁਹਾਨੂੰ ਅੱਧੇ ਘੰਟੇ ਬਾਅਦ। ਲਓ ਜੀ, ਗੱਡੀ ਕੋਲ ਪਹੁੰਚ ਗਏ ਹਾਂ, ਅਤੇ ਨੰਬਰ ਆਉਣਾ ਆਪਣਾ ਵੈਸੇ ਤਾਂ ਲੇਟ, ਅਤੇ ਭਾਅ ਜੀ ਨੂੰ ਵੈਸੇ ਰਿਕੁਐਸਟ ਕੀਤੀ ਆ ਬਈ ਸਾਨੂੰ ਥੋੜ੍ਹਾ ਜਿਹਾ ਕੰਮ ਹੈ, ਬਈ ਛੇਤੀ ਭਰਵਾ ਦਿਓ ਗੱਡੀ ਸਾਡੀ, ਬਾਕੀ ਹੁਣ ਦੇਖਦੇ ਹਾਂ ਕੀ ਕਹਿੰਦੇ ਆ ਭਾਅ ਜੀ, ਜੇ ਕਰਾ ਦੇਣਗੇ ਛੇਤੀ ਲੋਡ ਤਾਂ ਵਧੀਆ, ਕੰਮ ਸਾਡਾ ਨਿਬੜ ਜਾਏਗਾ ਜਿਹੜਾ ਜਿਹਦੇ ਕਰਕੇ ਅਸੀਂ ਰੁਕੇ ਹੋਏ ਹਾਂ ਇੰਨੇ ਦਿਨਾਂ ਤੋਂ, ਲੋਡ ਨਹੀਂ ਕਰਦੇ ਪਏ ਗੱਡੀ, ਅਤੇ ਦੇਖਦੇ ਹਾਂ ਕੀ ਕਹਿੰਦੇ ਨੇ। ਲਓ ਬਈ, ਬਾਈ ਮੰਨ ਤਾਂ ਗਿਆ, ਮੌਸਮ ਦੇਖੋ ਕਿੰਨਾ ਜ਼ਬਰਦਸਤ ਹੋਇਆ, ਫੈਕਟਰੀ ਖੋਲ੍ਹੀ ਆ ਸਾਡੇ ਇੱਥੇ ਨਵੀਂ, ਅਤੇ ਆਏ ਨੇ ਉਸਤਾਦ ਜੀ, ਇੱਧਰ ਖੜਾ ਵਿਊ ਦੇਖੋ ਤੁਸੀਂ ਕਿੰਨਾ ਘੈਂਟ ਲੱਗਦਾ ਪਿਆ, ਲਕੋ ਲਕ ਹੋ ਕੇ ਲੈ ਜਾਣਾ ਮੈਂ ਕੀ ਲਕੋ ਲਕ ਹੋ ਕੇ ਲੱਤ ਤੋੜਦਾ। ਉਹ ਹੋਰ ਹੀ ਜਿਹਨਾਂ ਨਾਲ ਕੈਨ ਕਰ ਗਿਆ ਤੂੰ, ਸਮਝ ਗਿਆ ਭੁਲੇਖੇ ਚ ਅਸੀਂ ਕਿਤੇ ਕਿਤੇ ਸੋਚਦਾ ਇਹਦੀ ਲੱਤ ਟੁੱਟੀ ਹੋਈ ਆ, ਭੱਜਿਆ ਨਹੀਂ ਜਾਣਾ, ਗੇਟ ਨਹੀਂ ਟੱਪਣ ਦਾਂਗਾ ਸਾਲੇ ਨੂੰ, ਕਿੱਥੇ ਜਾਏਗਾ ਹੈਂ, ਇੱਧਰ ਕਿੱਧਰ ਕਿੱਥੇ ਭੱਜੇਗਾ, ਬਾਹਲਾ ਛੱਡ ਕੇ ਭੱਜੇਗਾ ਹੈਂ, ਡਰੀ ਧੋਣੇ ਜਾ ਰਿਹਾ ਹਾਲੇ ਤੇ ਮੈਂ ਪੌੜੀ ਫੜਨ ਲੱਗਾ ਸੀ। ਬੈਠਿਆ ਰਹਿ ਬੈਠਿਆ ਰਹਿ, ਕਿਤੇ ਜਾਣ ਦੀ ਲੋੜ ਨਹੀਂ ਹੈ, ਫੋਨ ਲੈ ਕੇ ਭੱਜੇਗਾ ਸੂਰਮਾ ਜੀ। ਟਾਈਮ ਹੋ ਗਿਆ 9:40, ਅਤੇ 7:30 ਵਜੇ ਦੀ ਗੱਡੀ ਲਾਈ ਹੋਈ ਆ ਪੁਆਇੰਟ 'ਤੇ, ਇਹ ਲੋਡ ਕੀਤੀ ਹੋਈ ਹੈ, ਇਹਦੇ 'ਚ ਕੱਟਿਆਂ ਕੁੱਟਿਆਂ ਦਾ ਕੋਈ ਰੌਲਾ, ਕੱਟੇ ਕੁੱਟੇ ਫਾਲਤੂ ਪੈ ਗਏ ਹੋਣੇ, ਅਤੇ ਗੰਡੇ ਦੇ ਵਜਨ ਜ਼ਿਆਦਾ ਆ ਰਿਹਾ, ਅਤੇ ਹੁਣ ਖਾਲੀ ਹੋਣੀ ਆ ਗੱਡੀ, ਹਲੇ ਅੱਧੀ ਰਹਿ ਗਈ ਆ, ਅਤੇ ਉਸ ਤੋਂ ਬਾਅਦ ਮੈਨੂੰ ਲੱਗਦਾ ਸਾਡਾ ਕਿਤੇ ਨੰਬਰ ਆਉਣਾ ਜਾ ਕੇ।
हवा देखो कितनी चलती पई है। मैनू लगता नहीं 12-1 बजे तो पहले सानू कहन गया कि तुम दफा जाओ, गड्डी लोड होनी है, लोड करके तरपाल पानी है क्योंकि मौसम हो रहा खराब। हवा देख लो कितनी चलती पई है, जब फोन च देखते हैं पेड़ हिलना रुक जाते हैं। दसदे हां तुहानू की बनता जिन्ने बजे भी लोड होई टाइम दसदा है। हले तो फिलहाल 9:45 हो गए हैं, देखते हैं रोटी पानी का प्रोग्राम इत्थे कोई जी। गुड मॉर्निंग भाई सारिआं नूं, टाइम हो गया 10:40, तो राती गड्डी लोड अपनी हो गई, बिल मिलने सवेरे है सामने ट्रांसपोर्ट ते हुण बिल्टियां मिलियां ने, हुण चलदे आं घर, गड्डी खाली करन जावांगे आपां कल क्योंकि कल नूं अपनी तरीक है, तरीक भुगत के फिर चलदे आं। बाबा जी दा नाम वाहिगुरू सच्चे पातशाह मेहर करी सारिआं दे। तुक्का ही लाया ही मैं, 10:40 पूरे हो गए, मैं क्या टाइम हो गया 10:40, तुक्का काम कर गया, काम कर गया पूरे 10:40 हो गए। पिछे गड्डी तो नहीं अपनी गड्डी हाँ जी पहुँच गए अं इत गिल भाई होर घेर च, इतें खड़ी करके अंदर गड्डी बाहरों लग जाना ताला, भाजी होर गड्डिया भी इतें खड़ी होगी भाजी का घर तो जावे गड्डी खड़ी करके घर, घर जाके नहाने असी तो असी जी फिर गई इत गर्मी सीमेंट वाली फैक्ट्री तुम पता ही है कितनी गर्मी होती है। भाई की गड्डी खड़ी है बड़ी पुरानी 99 कितने कह रहा लाम एकम आया मेले दे, वैसे ही आ गए ही मेला लग्या ही, एकम जिद करन लग गया दिखाण वास्ते, मैं चलो दिखा दिंदे आ। एकम झूटे लैने ने, पर झूटे अज दवाने नहीं है ना, कित्थों आए हुण अहीं हॉस्पिटल तो आए हैं, किश्ती बंद ही हो गई हूँ।
ਚੱਲੀਏ। ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ, ਕੀ ਹਾਲ ਚਾਲ, ਠੀਕ ਠਾਕ ਹੋ? ਅਤੇ ਅਸੀਂ ਪਹੁੰਚ ਗਏ ਹਾਂ ਅੱਜ ਸਨਵਾਰੇ ਦੇ ਲਾਗੇ, ਜਾਵਲੀ ਕੋਲ। ਹਲੇ ਮਤਲਬ ਪਹੁੰਚੇ ਹਾਂ ਜਾਵਲੀ, ਅਤੇ ਸਨਵਾਰੇ ਪਹੁੰਚਣ ਵਾਲੇ ਹਾਂ ਕੋਟੀ। ਕੋਟੀ ਰੇਲਵੇ ਸਟੇਸ਼ਨ ਪਾਰ ਕੀਤਾ ਅਤੇ ਗੱਡੀ ਆਪਾਂ ਕੱਲ੍ਹ ਭਰ ਕੇ ਆ ਗਏ ਸੀ ਘਰ। ਅਤੇ ਅੱਜ ਤੁਹਾਨੂੰ ਪਤਾ ਆਪਣੀ ਤਰੀਕ ਸੀ, ਇਸ ਕਰਕੇ ਗਏ ਨਹੀਂ ਕੱਲ੍ਹ, ਅਤੇ ਅੱਜ ਚੱਲੇ ਸੀ ਸ਼ਾਮੀ ਘਰੋਂ। ਅਤੇ ਹੁਣ ਪਹੁੰਚ ਗਏ ਹਾਂ ਅਸੀਂ ਹਿਮਾਚਲ 'ਚ। ਛੇਲਾ ਆਪਣੇ ਨਾਲ ਆ ਗਿਆ। ਅੱਜ ਵੀ ਸਾਰਾ ਦਿਨ ਘਰ ਰਹੇ ਅਤੇ ਕੱਲ੍ਹ ਸਾਰਾ ਦਿਨ ਰਹੇ ਹੋਸਪਿਟਲ 'ਚ, ਕਿਉਂਕਿ ਭੂਆ ਦੀ ਕੁੜੀ ਦਾ ਹੋ ਗਿਆ ਸੀ ਐਕਸੀਡੈਂਟ, ਇਸ ਕਰਕੇ ਕੁਛ ਉਹਦੇ ਕਰਕੇ ਰਹਿਣਾ ਪਿਆ। ਕੁਛ ਤਰੀਕ ਸੀ ਬਾਕੀ। ਬਾਈ ਜੇ ਇੱਥੇ ਤੱਕ ਕਿਸੇ ਵੀ ਬਾਈ ਨੂੰ ਵੀਡੀਓ ਵਧੀਆ ਲੱਗੀ ਹੋਏ, ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ, ਚੈਨਲ ਨੂੰ ਕਰ ਦਿਓ ਸਬਸਕ੍ਰਾਈਬ। ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਵਿੱਚ। ਆਪਣਾ ਖਿਆਲ ਰੱਖੋ, ਆਪਣੇ ਪਰਿਵਾਰ ਦਾ ਖਿਆਲ ਰੱਖੋ, ਰੱਬ ਰਾਖਾ। ਅੱਜ ਵੀ ਕੋਈ ਕੰਮ ਨਹੀਂ, ਸਾਰਾ ਦਿਨ ਘਰ ਹੀ ਰਹੇ, ਇਸੇ ਕਰਕੇ ਵਲੌਗ ਦਾ ਐਂਡ ਹੋਇਆ ਨਹੀਂ। ਵੈਸੇ ਤਾਂ ਅੱਜ ਸਵੇਰੇ ਪਾਉਣਾ ਸੀ, ਫਿਰ ਮੂਡ ਥੋੜ੍ਹਾ ਜਿਹਾ ਖਰਾਬ ਜਿਹਾ ਸੀ, ਇਸੇ ਕਰਕੇ ਬਣਾਇਆ ਹੀ ਨਹੀਂ। ਅਤੇ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਵਿੱਚ। ਆਪਣਾ ਖਿਆਲ ਰੱਖੋ, ਆਪਣੇ ਪਰਿਵਾਰ ਦਾ ਖਿਆਲ ਰੱਖੋ, ਰੱਬ ਰਾਖਾ।